ਜਿਹੜਾ ਮੈਟਰ ਹੈ ਇਨਵੈਸਟੀਗੇਸ਼ਨ ਦਾ ਮੈਟਰ ਇਹਨਾਂ ਦਾ ਮੋਡਸ ਓਪਰੈਂਡੀ ਹੁੰਦਾ ਸੀ ਕਿ ਇੰਡੀਆ ਤੋਂ ਜਾਂ ਤੋਂ ਦੁਬਈ ਉਹ ਮੋਰੋਕੋ ਦੇ ਰਸਤੇ ਸਪੇਨ ਭੇਜਦੇ ਸੀ ਅਤੇ ਜਾਂ ਫਿਰ ਜਿਹੜਾ ਹੈਗਾ ਇੰਡੀਆ ਤੋਂ ਅਲਮਾਟੀ ਜਿਹੜਾ ਕਜ਼ਾਕਿਸਤਾਨ ਯੂਕਰੇਨ ਦਾ ਰੂਟ ਵਾਇਆ ਮੈਕਸੀਕੋ ਦਾ ਰੂਟ ਜਿਹੜੇ ਵੀ ਰੂਟ ਯੂਜ਼ ਕਰੇ ਤੁਸੀਂ ਜਿਹੜੇ ਮੇਨ ਯੂਜ ਕਰੇ ਸੀ ਉਹ ਜਿਹੜੇ ਲੀਗਲ ਵੇਜ਼ ਨਹੀਂ ਹੈ ਇਲੀਗਲ ਤਰੀਕੇ ਨਾਲ ਉਹਦਾ ਯੂਜ਼ ਕਰੀਏ ਜਿਹਨਾਂ 'ਚੋਂ ਪੰਜਾਬ 'ਚ ਇਨ ਜਨਰਲ ਡੰਕੀ ਰੂਟ ਨਾਮ ਤੋਂ ਜਾਣਿਆ ਜਾਂਦਾ ਹੈ ਜੋ ਕਿ ਇਲੀਗਲ ਤਰੀਕੇ ਨਾਲ ਜਿਹੜੇ ਕਿਸੇ ਸ਼ਹਿਰ ਦੇਸ਼ 'ਚ ਐਂਟਰੀ ਕਰਦਾ ਸਾਨੂੰ ਅਗਰ ਅੱਗੇ ਵੀ ਜਿਹੜਾ ਅਗਰ ਸਟੇਟ ਲੈਵਲ ਅਤੇ ਸੈਂਟਰ ਲੈਵਲ 'ਤੇ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਕੈਰੀ ਆਨ ਕਰਨਾ ਪਏ ਤਾਂ ਅਸੀਂ ਉਸ ਚੀਜ਼ ਨੂੰ ਵੀ ਅੱਗੇ ਵਧਾਵਾਂਗੇ ਭੋਲੇ ਭਾਲੇ ਲੋਕਾਂ ਨੂੰ ਟਰੈਵਲ ਏਜੰਟਾਂ ਵੱਲੋਂ ਲਗਾਤਾਰ ਟਰੈਵਲ ਏਜੰਟੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਬਾਹਰ ਭੇਜਣ ਦਾ ਝਾਂਸਾ ਦਿੱਤਾ ਜਾ ਰਿਹਾ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਔਰ ਦੋ ਵਿਅਕਤੀਆਂ ਦੇ ਕੋਲੋਂ ਭਾਰਤੀ ਕਰੰਸੀ 38,86,400 ਰੁਪਏ ਵੀ ਬਰਾਮਦ ਕੀਤੇ ਇਸੀ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਏਡੀਸੀਪੀ ਸਿਟੀ 2 ਆਦਿਤਿਆ ਗੱਲਬਾਤ ਕਰ ਲੈਂਦੇ ਸਰ ਇਹ ਜਿਹੜੀ ਗ੍ਰਿਫਤਾਰੀ ਹੋਈ ਕਿੱਦਾਂ ਹੋਈ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਹ ਜਿਹੜੇ ਹੈਗੇ ਇਲੀਗਲ ਜਿਹੜਾ ਡੰਕੀ ਰੂਟ ਹੈ ਉਹਦਾ ਯੂਜ਼ ਕਰਕੇ ਜਿਹੜਾ ਲੋਕਾਂ ਨੂੰ ਬਾਹਰ ਭੇਜਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ ਉਹਦੇ 'ਚ ਕਾਫੀ ਲੋਕਾਂ ਦੀ ਡੀਲ ਹੋਣ ਵਾਲੀ ਹੈ ਤਾਂ ਅਸੀਂ ਇਨਫੋਰਮੇਸ਼ਨ 'ਤੇ ਐਕਟ ਕੀਤਾ ਅਤੇ ਜਿਹੜਾ ਹੈਗਾ ਇਹਨਾਂ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਇਹਦਾ ਪਰਚਾ ਦਰਜ ਕੀਤਾ ਹੈਗਾ ਇਹਨਾਂ ਕੋਲ ਗ੍ਰਿਫਤਾਰੀ ਕਿੱਥੋਂ ਹੋਈ ਹੈ ਉਸ ਤੋਂ ਬਾਅਦ ਕੀ ਰਿਕਵਰੀ ਹੋਈ ਹੈ ਔਰ ਜਿਹੜੇ ਕਹਿ ਲਓ ਕਰਿੰਦੇ ਕਿੰਨੇ ਸੀਗੇ ਦੇਖੋ ਇਹਦੇ 'ਚ ਸ਼ਹਿਰ ਦੇ ਹੀ ਇੱਕ ਹੋਟਲ ਦੇ ਵਿੱਚ ਜਿਹੜੇ ਆ ਬੰਦੇ ਬੁਲਾਏ ਗਏ ਸੀ ਉੱਥੇ ਰੂਮ 'ਤੇ ਅਤੇ ਤੋ ਉੱਥੋਂ ਜਿਹੜਾ ਹੈਗਾ ਜਿਹੜਾ ਪੈਸਾ ਹੈ ਅਤੇ ਬੰਦੇ ਉੱਥੇ ਰਾਊਂਡ ਅਪ ਕੀਤੇ ਗਏ ਹੈਗੇ ਇਹ ਤਿੰਨ ਬੰਦਿਆਂ ਦੀ ਚੈਨ ਹੀ ਹੈ ਹਲੇ ਐਜ ਆਫ ਨਾਊ ਅਸੀਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰ ਸਕਦੇ ਮੈਟਰ ਅਜੇ ਅਸੀਂ ਰਜਿਸਟਰ ਕੀਤਾ ਹੈਗਾ ਅਸੀਂ ਇਹਦੀ ਥੋੜ੍ਹਾ ਇਨਵੈਸਟੀਗੇਸ਼ਨ ਕਰਨੀ ਹੈ ਸਾਰੇ ਪੱਖੋਂ ਅਸੀਂ ਦੇਖਣਾ ਹੈਗਾ ਕਿ ਕਿਹੜੇ ਬੰਦੇ ਇਨਵੋਲਵ ਹੈਗੇ ਕਿੰਨੇ ਬੰਦੇ ਇਨਵੋਲਵ ਹੈਗੇ ਸੋ ਸਾਰੇ ਅਸੀਂ ਪੱਖੋਂ ਦੇਖ ਕੇ ਫਿਰ ਹੀ ਇਸ ਚੀਜ਼ ਬਾਰੇ ਅਸੀਂ ਤੁਹਾਨੂੰ ਪ੍ਰੋਪਰ ਦੱਸ ਸਕਦੇ ਹਾਂ ਜਿਹੜੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਕੀ ਹੈ ਅਤੇ ਰਹਿਣ ਵਾਲੇ ਕਿੱਥੇ ਇਹਦਾ ਇੱਕ ਦਾ ਨਾਮ ਕਰਨ ਹੈ ਦੂਜੇ ਦਾ ਨਾਮ ਵਿਸ਼ਾਲ ਹੈ ਆਹ ਜਿਹੜਾ ਇੱਕ ਬੰਦਾ ਹੁਸ਼ਿਆਰਪੁਰ ਦਾ ਦੂਜਾ ਜਲੰਧਰ ਦਾ ਰਹਿਣ ਵਾਲਾ ਹੈਗਾ ਇਹ ਆਪਸ ਦੇ ਵਿੱਚ ਇਹਨਾਂ ਦੇ ਲਿੰਕ ਕਿੱਦਾਂ ਬਣੇ ਉਹ ਲਿੰਕ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦਾ ਲਿੰਕ ਕਿੱਦਾਂ ਬਣਿਆ ਕਿੱਦਾਂ ਇੱਕ ਦੂਸਰੇ ਨੂੰ ਜਾਣਦੇ ਹੈਗੇ ਜਿਹੜੇ ਤੁਸੀਂ ਕਹਿ ਰਹੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀਗਾ ਬਾਹਰ ਭੇਜਣ ਦਾ ਝਾਂਸਾ ਦਿੱਤਾ ਜਾਈ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਬਾਹਰ ਭੇਜਿਆ ਹੋਇਆ ਕਿੱਦਾਂ ਭੇਜਿਆ ਹੋਇਆ ਕਿੱਦਾਂ ਭੇਜਦੇ ਆਹ ਜਿਹੜਾ ਮੈਟਰ ਹੈ ਇਨਵੈਸਟੀਗੇਸ਼ਨ ਦਾ ਮੈਟਰ ਇਹਨਾਂ ਦਾ ਮੋਡਸ ਓਪਰੈਂਡੀ ਹੁੰਦਾ ਸੀ ਕਿ ਇੰਡੀਆ ਤੋਂ ਜਾਂ ਤੋਂ ਦੁਬਈ ਉਹ ਮੋਰੋਕੋ ਦੇ ਰਸਤੇ ਸਪੇਨ ਭੇਜਦੇ ਸੀ ਅਤੇ ਜਾਂ ਫਿਰ ਜਿਹੜਾ ਹੈਗਾ ਇੰਡੀਆ ਤੋਂ ਅਲਮਾਟੀ ਜਿਹੜਾ ਕਜ਼ਾਕਿਸਤਾਨ ਯੂਕਰੇਨ ਦਾ ਰੂਟ ਵਾਇਆ ਮੈਕਸੀਕੋ ਦਾ ਰੂਟ ਆਹ ਸਾਡੇ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਸਾਡੇ ਆਹੀ ਸਾਡੇ ਦੇ ਨੌਲੇਜ 'ਚ ਆਇਆ ਹੈਗਾ ਅਸੀਂ ਦੇਖ ਰਹੇ ਹਾਂ ਕਿ ਉਹ ਕਿਹੜੇ ਕਿਹੜੇ ਰੂਟ ਇਹਨਾਂ ਨੇ ਯੂਜ਼ ਕੀਤੇ ਹੈਗੇ ਜਿਹੜੇ ਵੀ ਰੂਟ ਯੂਜ਼ ਕਰੇ ਦੀ ਜਿਹੜੇ ਮੇਨ ਯੂਜ਼ ਕਰੇ ਸੀ ਉਹ ਜਿਹੜੇ ਲੀਗਲ ਵੇਜ਼ ਨਹੀਂ ਹੈ ਇਲੀਗਲ ਤਰੀਕੇ ਨਾਲ ਉਹਦਾ ਯੂਜ਼ ਕਰੀਏ ਜਿਹਨਾਂ 'ਚੋਂ ਪੰਜਾਬ 'ਚ ਇਨ ਜਨਰਲ ਡੰਕੀ ਰੂਟ ਨਾਮ ਤੋਂ ਜਾਣਿਆ ਜਾਂਦਾ ਹੈ ਜੋ ਕਿ ਇਲੀਗਲ ਤਰੀਕੇ ਨਾਲ ਜਿਹੜੇ ਕਿਸੇ ਦੇਸ਼ 'ਚ ਐਂਟਰੀ ਕਰਵਾਉਂਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹੀ ਕਿਹਾ ਹੋਗਾ ਜਿਹੜੇ ਵੀ ਟਰੈਵਲ ਏਜੰਟ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਮਾਨਯੋਗ ਸੀਐਮ ਸਾਹਿਬ ਦਾ ਵੀ ਮਾਨਯੋਗ ਡੀਜੀ ਸਾਹਿਬ ਦਾ ਵੀ ਇਹਦੇ 'ਚ ਸਖਤ ਨਿਰਦੇਸ਼ ਹੈ ਕਿ ਜਿਹੜੇ ਵੀ ਇਲੀਗਲ ਜਿਹੜੇ ਟਰੈਵਲ ਏਜੰਟਸ ਹੈਗੇ ਜੋ ਗਲਤ ਮੀਨ ਯੂਜ਼ ਕਰ ਰਹੇ ਹੈਗੇ ਜਿਹਦੇ 'ਚ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈਗਾ ਅਸੀਂ ਉਹਨਾਂ 'ਤੇ ਕਾਰਵਾਈ ਕਰਨੀ ਹੈ ਉਸੀ ਜਿਹੜੀ ਹੈਗੀ ਡਾਇਰੈਕਸ਼ਨ ਇਹ ਤਾਂ ਅਸੀਂ ਆ ਜਿਹੜੀ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਇਸ ਚੀਜ਼ ਨੂੰ ਅੱਗੇ ਵੀ ਜਿਹੜਾ ਹੈਗਾ ਤੋਂ ਇਨਵੈਸਟੀਗੇਸ਼ਨ ਕਰਾਂਗੇ ਅਤੇ ਸਾਨੂੰ ਅਗਰ ਅੱਗੇ ਵੀ ਜਿਹੜਾ ਅਗਰ ਸਟੇਟ ਲੈਵਲ ਅਤੇ ਸੈਂਟਰ ਲੈਵਲ 'ਤੇ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਕੈਰੀ ਆਨ ਕਰਨਾ ਪਏ ਤਾਂ ਅਸੀਂ ਉਸ ਚੀਜ਼ ਨੂੰ ਵੀ ਅੱਗੇ ਵਧਾਵਾਂਗੇ ਕਿਉਂਕਿ ਦੋ ਵਿਅਕਤੀਆਂ ਕੋਲ ਭਾਰੀ ਮਾਤਰਾ ਦੇ ਵਿੱਚ ਜਿਹੜਾ ਇੰਡੀਅਨ ਕਰੰਸੀ ਮਿਲੀ ਹੈ ਇਹ ਕਿਸੇ ਦੇ ਕੋਲੋਂ ਆਈ ਸੀ ਜਾਂ ਅੱਗੇ ਕਿਸੇ 'ਤੇ ਜਾਣੀ ਸੀ ਜਾਂ ਇਹ ਜਿਹੜੇ ਹੈਗੇ ਆਹ ਜਿਹੜਾ ਮੈਟਰ ਹੈ ਇਨਵੈਸਟੀਗੇਸ਼ਨ ਦਾ ਹੈਗਾ ਪਾਰਟ ਕਿ ਮੈਟਰ ਕਿ ਬਈ ਕਰੰਸੀ ਕਿੱਥੋਂ ਆਈ ਸੀ ਕਿੱਥੇ ਜਾਣੇ ਸੀ ਕੀ ਕੀ ਕਿਹੜੇ ਕਿਹੜੇ ਜਿਹੜੇ ਚੈਨਲ ਯੂਜ ਹੋਏ ਸੀ ਇਹਨਾਂ ਦਾ ਕੀ ਯੂਜ ਹੁੰਦਾ ਸੀ ਕਿਉਂਕਿ ਤੁਸੀਂ ਅਗਰ ਦੇਖ ਸਕਦੇ ਹੋਗੇ ਕਿ ਆਪਾਂ ਇੱਦਾਂ ਅਗਰ ਇੰਨੀ ਮਾਤਰਾ 'ਚ ਜਿਹੜੀ ਹੈਗੀ ਕਰੰਸੀ ਆ ਆਹ ਅਸੀਂ ਰੱਖ ਨਹੀਂ ਸਕਦੇ ਤੋ ਇਹਦੇ ਲਈ ਅਲੱਗ ਜਿਹੜੇ ਹੈਗੇ ਇਨਕਮ ਟੈਕਸ ਦੇ ਜਿਹੜੇ ਲੋਜ਼ ਹੈਗੇ ਉਹ ਵੀ ਜਿਹੜੇ ਹੈਗੇ ਇਹਨੂੰ ਅਲਾਊ ਨਹੀਂ ਕਰਦੇ ਤੋ ਅਸੀਂ ਸਾਰੇ ਪੱਖੋਂ ਇਹਦੀ ਜਾਂਚ ਕਰਾਂਗੇ ਜਿੱਦਾਂ ਤੁਸੀਂ ਕਿਹਾ ਟਰੈਵਲ ਏਜੰਟ ਦਾ ਇਹਨਾਂ ਦਾ ਓਬਵੀਅਸਲੀ ਇਹਨਾਂ ਨੇ ਲਾਇਸੈਂਸ ਵਗੈਰਾ ਲਿਆ ਹੋਇਆ ਨਹੀਂ ਉਹ ਸਾਰੀ ਚੀਜ਼ ਮੈਟਰ ਆਫ ਇਨਵੈਸਟੀਗੇਸ਼ਨ ਹੈ ਹੁਣ ਜਿੱਦਾਂ ਤੁਸੀਂ ਕਿਹਾ ਤਿੰਨ ਵਿਅਕਤੀਆਂ ਦੇ ਉੱਤੇ FIR ਲਾਂਚ ਕੀਤੀ ਤੀਸਰੇ ਬੰਦੇ ਨੂੰ ਪਕੜਨ ਲਈ ਕੀ ਕੀਤਾ ਜਾਵੇ ਉਹਦੇ ਲਈ ਟੀਮ ਅਸੀਂ ਫਾਰਮ ਕੀਤੀ ਹੈਗੀ ਅਸੀਂ ਉਹਨੂੰ ਜਲਦੀ ਤੋਂ ਜਲਦ ਰਾਊਂਡ ਅਪ ਕਰ ਲਵਾਂਗੇ ਇਹ ਸੀ ADCB ਸਿਟੀ 2 ਜਿਨ੍ਹਾਂ ਨੇ ਦੱਸਿਆ ਫਿਲਹਾਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਕੱਲ੍ਹ ਮਾਨਨੀ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਔਰ ਇਹਨਾਂ ਦਾ ਰਿਮਾਂਡ ਲਿੱਤਾ ਜਾਏਗਾ ਤਾਂ ਕਿ ਅਗਲੀ ਪੁੱਛਗਿੱਛ ਕੀਤੀ ਜਾ ਸਕੇ ਕੈਮਰਾਮੈਨ ਜਤਿੰਦਰ ਦੇ ਨਾਲ ਵਿਨੇ ਸ਼ਰਮਾ ਦੈਨਿਕ ਸਵੇਰਾ TV ਜਲੰਧਰ